ਹਾਂਜੀ ਵੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ, ਉਮੀਦ ਕਰਦਾ ਕਿ ਠੀਕ ਠਾਕ ਹੋਵੋਗੇ। ਅਤੇ ਪਿਛਲਾ ਵਲੋਗ ਬਹੁਤ ਟਾਈਮ ਬਾਅਦ ਪਾਇਆ ਸੀਗਾ ਅਤੇ ਸਾਰਿਆਂ ਨੇ ਬਹੁਤ ਪਿਆਰ ਦਿੱਤਾ, ਜਿਨ੍ਹਾਂ ਨੇ ਵੀ ਦੇਖਿਆ ਉਹਨਾਂ ਸਾਰਿਆਂ ਨੂੰ ਬਹੁਤ ਵਧੀਆ ਲੱਗਾ। ਅਤੇ ਉਹ ਦੇਖਦੇ ਹੋਏ ਫਿਰ ਮੈਂ ਅੱਜ ਉਸੇ ਪਾਵਰ ਦੇ ਵਿੱਚ ਆਪਾਂ ਨਵਾਂ ਵਲੋਗ ਬਣਾਉਣ ਜਾ ਰਹੇ ਹਾਂ। ਕਮੈਂਟ ਰੀਡ ਕਰਦਾ ਸੀਗਾ, ਬਹੁਤ ਵਧੀਆ ਲੱਗੇ, ਅਤੇ ਹੁਣ ਨਵਾਂ ਵਲੋਗ ਅੱਜ ਫਿਰ। ਅਤੇ ਅੱਜ ਆਪਾਂ ਜਾਣਾ ਵਾ ਐਟਲਾਂਟਾ ਜੋਰਜੀਆ, ਲੋਡ ਡਿਲੀਵਰ ਕਰਨਾ। ਮੈਂ ਹੈਗਾ ਇਸ ਟਾਈਮ ਨੌਰਥ ਕੈਰੋਲਾਈਨਾ ਸ਼ਾਰਲਟ, ਅਤੇ ਇੱਥੋਂ 4.5 ਘੰਟੇ ਦਾ ਰਾਹ, 5 ਘੰਟੇ ਦਾ ਰਾਹ ਵਾ ਐਟਲਾਂਟਾ ਦਾ। ਅਤੇ ਆਪਣੀ ਅਪੁਆਇੰਟਮੈਂਟ ਹੈਗੀ ਆ ਸ਼ਾਮਾਂ ਦੀ 10:30 ਵਜੇ ਦੀ, ਅਤੇ ਹੁਣ ਟਾਈਮ ਹੋਇਆ ਦੁਪਹਿਰ ਦਾ ਹੋਇਆ ਟਾਈਮ। ਅਤੇ ਮੈਂ ਸੋਚ ਰਿਹਾ ਵਾਂ ਹੁਣ ਨਿਕਲਾਂਗੇ, ਬਾਹਰ ਨਿਕਲਾਂ, ਬਟ ਮੈਂ ਹੁਣ ਪੀ ਟੀ ਆਈ ਕਰਕੇ ਰੱਖਣ ਲੱਗਾ ਵਾਂ, ਇੱਕ ਵਾਰ ਟਰੱਕ ਦੇ ਟੈਟੂ ਚੈੱਕ ਕਰ ਲੈਣੇ ਇੱਕ ਵਾਰ, ਫਿਰ ਟੈਟੂ ਚੈੱਕ ਕਰਕੇ ਫਿਰ ਮੈਂ 1-1.5 ਘੰਟਾ ਵੇਸਟ ਕਰੂੰਗਾ ਇੱਦਾਂ, ਫਿਰ ਨਿਕਲੂੰਗਾ, ਮੈਂ ਠਹਿਰ ਕੇ ਨਿਕਲੂੰਗਾ ਥੋੜ੍ਹਾ ਜਿਹਾ। ਅਤੇ ਬਾਕੀ ਹੁਣ ਬਾਹਰ ਦਾ ਨਜ਼ਾਰਾ ਦਿਖਾਉਣਾ ਤੁਹਾਨੂੰ, ਧੁੱਪ ਲੱਗੀ ਆ ਪੂਰੀ ਸਿਰੇ ਦੀ, ਗਰਮੀ ਬਹੁਤ ਆ ਇੱਧਰ ਨੌਰਥ ਕੈਰੋਲਾਈਨਾ, ਜੋਰਜੀਆ, ਫਲੋਰੀਡਾ, ਬਹੁਤ ਜ਼ਿਆਦਾ ਗਰਮੀ ਪੈਂਦੀ ਇੱਧਰਲੇ ਪਾਸੇ, ਇੱਧਰ +40 ਤੱਕ ਟੈਂਪਰੇਚਰ, 44 ਤੱਕ ਤਾਂ ਆਮ ਹੀ ਰਹਿੰਦਾ ਗਰਮੀਆਂ ਦੇ ਵਿੱਚ। ਅਤੇ ਚਲੋ ਆਪਾਂ ਹੁਣ ਤੁਹਾਨੂੰ ਨਾਲੇ ਆਲਾ ਦੁਆਲਾ ਦਿਖਾਉਂਦੇ ਹਾਂ, ਪੰਪ ਬਹੁਤ ਸੋਹਣਾ ਵਾ ਅਤੇ ਬਹੁਤ ਵਧੀਆ ਸਰਾਊਂਡਿੰਗਸ ਆ, ਆਲੇ ਦੁਆਲੇ ਹਿਲਸ ਵਾ, ਐਂ ਘੈਂਟ ਕੰਮ ਆ ਪੂਰਾ। ਬਾਕੀ ਤੁਸੀਂ ਦੇਖ ਲਓ ਬਹੁਤ ਵਧੀਆ ਵਿਊ ਆ, ਅਜੇ ਸਫਾਈ ਬਹੁਤ ਆ, ਹਵਾ ਦੇ ਵਿੱਚ ਬਹੁਤ ਜ਼ਿਆਦਾ ਸਫਾਈ ਆ। ਅਤੇ ਉੱਧਰ ਉਹ ਦੇਖੋ ਤੁਸੀਂ, ਉਹ ਬੈਕ ਸਾਈਡ 'ਤੇ ਨਾ ਪਹਾੜੀਆਂ ਵਾ, ਠੀਕ ਆ, ਉਹਦੇ ਬੋਬਟੇਲ ਇਕੱਲੇ ਟਰੱਕ ਲੱਗੇ ਨਾ ਜਿਹੜੇ, ਜਿੰਨਾ ਮੈਂ ਟ੍ਰੇਲਰ ਨਹੀਂ ਹੈਗਾ, ਉਹ ਬੈਕ ਸਾਈਡ 'ਤੇ ਤੁਹਾਨੂੰ ਦੂਰੋਂ ਪਹਾੜੀਆਂ ਨਜ਼ਰ ਆਉਣਗੀਆਂ ਆਉਂਦੀਆਂ ਹੋਣਗੀਆਂ। ਅਤੇ ਬਾਕੀ ਆਪਾਂ ਰੋਡ 'ਤੇ ਜਾਣਾ ਵਾ, ਦੇਖਦੇ ਹਾਂ ਵਿਊ ਰੋਡ ਦਾ ਕਿਵੇਂ ਦਾ ਵਿਊ ਆ। ਮੈਂ ਕਿਹਾ ਟਾਈਮ ਪਾਸ ਕਰਨਾ ਹੀ ਆ, ਚੰਗੀ ਤਰ੍ਹਾਂ ਕਰਦੇ ਹਾਂ, ਮੈਂ ਮੇਰਾ ਸਟਾਰਬਕਸ ਤੋਂ ਡਬਲ ਸ਼ਾਟ ਐਨਰਜੀ ਵਾਲਾ ਡਰਿੰਕ ਲੈ ਆਇਆ, ਉਹਦੇ ਨਾਲ ਇੱਕ ਮੇਰੇ ਖਿਆਲ ਨਾਲ ਸਨੀਕਰਸ ਸੀਗੀ। ਹੁਣ ਅਜੀ ਕੁਝ ਕਰਨਾ ਜਦੋਂ ਵਿਹਲੇ ਆ, ਇਹਦਾ ਵਨੀਲਾ ਫਲੇਵਰ ਹੀ ਸਹੀ ਲੱਗਦਾ, ਜਿਹੜੀ ਚੋਕਲੇਟ ਹੈ ਨਾ ਸਟਾਰਬਕਸ ਦੀ, ਉਹ ਬਹੁਤ ਕੌੜੀ ਆ ਚੋਕਲੇਟ ਫਲੇਵਰ ਜਿਹੜਾ, ਡਰ ਲੱਗਦਾ ਖੋਲ੍ਹਣ ਲੱਗਿਆ ਜਦੋਂ ਬੀਅਰ ਦੀ, ਬੀਅਰ ਦਾ ਕੈਨ ਹੀ ਖੋਲ੍ਹੀ ਦਾ ਬਾਹਰ ਨਾ ਆ ਜਾਵੇ, ਤਾਂ ਡਰ ਹੀ ਲੱਗਦਾ ਇਹੋ ਜਿਹੇ ਕੈਨ ਖੋਲ੍ਹਣ ਲੱਗਿਆ। ਟਰਾਈ ਕਰਕੇ ਦੇਖਿਓ ਇੱਕ ਵਾਰ, ਜਿਹੜੀ ਆ ਇਹ ਸਟਾਰਬਕਸ ਡਬਲ ਸ਼ੋਟ ਐਨਰਜੀ, ਇਹਦੇ ਵਿੱਚ ਹੈਗੇ ਆ ਬੀ ਵਿਟਾਮਿਨਸ, ਜਿਨਸਿੰਗ, ਗੌਰਨਾ ਕੀ ਹੁੰਦਾ ਪਤਾ ਨਹੀਂ ਕੀ ਹੁੰਦਾ ਜੀ, ਅਤੇ ਵਨੀਲਾ ਫਲੇਵਰ ਟਰਾਈ ਕਰਕੇ ਦੇਖ ਕੇ, ਇੱਕ ਬਹੁਤ ਘੈਂਟ ਚੀਜ਼ ਆ, ਇੰਡੀਆ ਤੋਂ ਵੀ ਮਿਲਦੀ ਆ, ਇਹ ਮਿਲਦੀ ਹੋਊਗੀ, ਪੱਕਾ ਮਿਲਦੀ ਹੋਊਗੀ ਇੰਡੀਆ ਤੋਂ ਵੀ। ਅਤੇ ਕਿਉਂਕਿ ਸਟਾਰਬਕਸ ਤਾਂ ਸਾਰੇ ਪਾਸੇ ਸੇਮ ਹੀ ਪ੍ਰੋਡਕਟ ਰੱਖਦਾ ਆਈ ਥਿੰਕ, ਬਸ ਇਹ ਕਿ ਕੁਆਲਿਟੀ ਦਾ ਫਰਕ ਇਹ 'ਚ ਨਹੀਂ, ਬਾਕੀ ਖਾਣ ਪੀਣ ਵਾਲੀ ਚੀਜ਼ਾਂ ਦੇ ਵਿੱਚ ਜਿੱਦਾਂ ਚਾਹ ਬਣਾਉਣ ਦੇ ਵਿੱਚ ਕੁਆਲਿਟੀ ਦਾ ਫਰਕ ਹੋ ਸਕਦਾ, ਕਿ ਜਿਹੜੇ ਉੱਥੇ ਬੰਦੇ ਬਣਾਉਂਦੇ ਆ ਕਿੱਦਾਂ ਬਣਾਉਂਦੇ ਹੋਣਗੇ, ਹੈ ਨਾ, ਇੱਥੇ ਬਣਾਉਣ ਦੇ ਵਿੱਚ ਤਾਂ ਇੰਡੀਆ ਜਿਹੜੀ ਬਣਦੀ ਹੋਊਗੀ ਚਾਹ ਵਗੈਰਾ, ਉਹਦੇ ਵਿੱਚ ਕੁਆਲਿਟੀ ਦਾ ਫਰਕ ਹੋ ਸਕਦਾ। ਬਾਕੀ ਆਹ ਚੀਜ਼ਾਂ ਨੇ ਸੇਮ ਹੀ ਆ, ਕੈਨ ਵਗੈਰਾ ਦਾ ਇੱਥੋਂ ਬਾਹਰੋਂ ਹੀ ਟਰਾਂਸਪੋਰਟ ਹੁੰਦੇ ਹੋਣੇ ਆ, ਜਾਂ ਫਿਰ ਉੱਥੇ ਜੇ ਉੱਥੇ ਹੋਊਗਾ ਹੈ ਨਾ ਪ੍ਰੋਡਕਟ ਬਣਦੇ ਹੋਣਗੇ ਇਹਨਾਂ ਦੇ, ਫਿਰ ਉੱਥੇ, ਬਾਕੀ ਪਤਾ ਨਹੀਂ, ਤੁਸੀਂ ਦੇਖਿਓ ਟਰਾਈ ਕਰਕੇ, ਵਧੀਆ ਚੀਜ਼ ਆ ਇਹ। ਬਾਕੀ ਹੁਣ ਸਨੀਕਰਸ ਖਾ ਕੇ, ਡਬਲ ਸ਼ੋਟ ਆ ਜਿਹੜੀ ਪੀ ਕੇ, ਫਿਰ ਨਿਕਲਦਾ ਇੱਥੋਂ ਮੈਂ। ਅਤੇ ਯਾਰ ਮੇਰਾ ਇਰਾਦਾ ਨਹੀਂ ਛੇਤੀ ਪਹੁੰਚਣ ਦਾ ਉੱਥੇ, ਕਿਉਂਕਿ ਉਹਨਾਂ ਨੇ ਪੂਰੀ ਅਪੁਆਇੰਟਮੈਂਟ ਦੇ ਹਿਸਾਬ ਨਾਲ ਲੋਡ ਲੈਣਾ ਵਾ, ਰਾਤ ਦੇ 10:30 ਵਜੇ ਦੀ ਅਪੁਆਇੰਟਮੈਂਟ ਆ। ਚਲੋ ਬਾਕੀ ਦੇ ਤਾਂ ਡਿਸਾਈਡ ਕਰਦਾ, ਬਾਕੀ ਤੁਹਾਨੂੰ ਹੁਣ ਰੋਡ 'ਤੇ ਜਾ ਕੇ ਗੱਲਾਂ ਬਾਤਾਂ ਕਰਦੇ ਹਾਂ ਆਪਾਂ ਦੋਸਤੋ। ਹਾਂ ਐਕਸੀਡੈਂਟ ਵੇਖ ਕੇ ਮੈਨੂੰ ਲੱਗਣ ਲੱਗ ਪਿਆ ਜਿੱਦਾਂ ਨਾ ਮੈਂ ਹਿਮਾਚਲ ਵਾਲੀਆਂ ਸੜਕਾਂ 'ਤੇ ਆ ਗਿਆ ਵਾ, ਕੰਸਟਰਕਸ਼ਨ ਚੱਲਦੀ ਪਈ ਆ ਅਤੇ ਫਿਰ ਇਹਨਾਂ ਨੇ ਅਲੱਗ ਤੋਂ ਮਤਲਬ ਕਿ ਰੈਂਪ ਜਿਹਾ ਪਤਾ ਨਹੀਂ ਹੋਰ ਤਰ੍ਹਾਂ ਦਾ ਬਣਾ ਦਿੰਦੇ ਆ, ਇਹ ਕੂਨਾ ਜਿਹੀਆਂ ਲਾ ਕੇ ਇੱਦਾਂ, ਉੱਧਰ ਹਿਮਾਚਲ ਜਿੱਧਰ ਅਸੀਂ ਗਏ ਨਾ ਮਨਾਲੀ ਸ਼ਿਮਲੇ, ਉੱਧਰ ਇੱਦਾਂ ਦੇ ਰੋਡ ਆ, ਆਲੇ ਦੁਆਲੇ ਗੁਲਾਬੀ ਰੰਗ ਦੇ ਜਿਹੜੇ ਬੋਰਡ ਲੱਗੇ ਆ, ਕਿਤੇ ਕਿਤੇ ਪੀਲੇ ਰੰਗ ਦੇ ਲੱਗੇ ਹੋਣਗੇ, ਇਹਨਾਂ ਨੇ ਸਾਰਾ ਕੁਝ ਪਹਿਲਾਂ ਹੀ ਮਤਲਬ ਕਿ ਲਾ ਕੇ ਰੱਖਿਆ ਹੁੰਦਾ ਕਿ ਹਾਂ ਵੀ ਜਿਹੜਾ ਡਰਾਈਵਰ ਆ ਨਾ ਉਹਨੂੰ ਪਤਾ ਲੱਗਦਾ ਰਹੇ ਕਿ ਅੱਗੇ ਕੀ ਚੀਜ਼ ਆ। ਇੱਧਰ ਖੱਬੇ ਪਾਸੇ ਬੋਰਡ ਲੱਗਾ, ਤੁਸੀਂ ਰੀਡ ਨਹੀਂ ਹੋਣਾ ਤੁਹਾਡੇ ਕੋਲੋਂ, ਮੇਰੇ ਖਿਆਲ ਨਾਲ ਕਰਦਾ ਸੀਗਾ ਵਾਈਬ੍ਰੇਟ ਕੈਮਰਾ, ਕਿ ਉੱਥੇ ਲਿਖਿਆ ਸੀ ਅੱਗੇ ਟਰੱਕ ਐਂਟਰ ਹੋ ਸਕਦੇ, ਐਂਟਰ ਹੁੰਦੇ ਆ ਜਾਂ ਜਿੱਦਾਂ ਅੱਗੇ ਉੱਧਰ ਨਾਲ ਰੋਡ ਆ ਕਿ ਇੱਧਰੋਂ ਰਾਈਟ ਸਾਈਡ ਜਾਂ ਲੈਫਟ ਸਾਈਡ ਤੋਂ ਟਰੱਕ ਐਂਟਰ ਹੋ ਸਕਦੇ ਆ ਇਹਨਾਂ ਦੇ ਕੰਸਟਰਕਸ਼ਨ ਵਾਲੇ, ਤਾਂ ਆਪਾਂ ਰਾਈਟ ਲੇਨ 'ਚ ਆ ਗਏ। ਮੈਂ ਲੈਫਟ ਲੇਨ 'ਚ ਤਾਂ ਗਿਆ ਸੀ ਕਿਉਂਕਿ ਰਾਈਟ ਲੇਨ ਦੇ ਵਿੱਚ ਉਹ ਸਹੀ ਜੀ ਨਹੀਂ, ਰੋਡ ਸਹੀ ਨਹੀਂ ਸੀ ਲੱਗ ਰਿਹਾ ਮੈਨੂੰ, ਲਾਈਨ ਜੀ ਲੀਕ ਜੀ ਬਣੀ ਸੀ ਉਹਦੇ ਵਿੱਚ ਰੋਡ ਦੇ ਵਿੱਚ, ਕਿ ਉਹ ਟਾਇਰ ਉਹਦੇ ਵਿੱਚ ਫਸਦਾ ਸੀਗਾ, ਤਾਂ ਕਰਕੇ ਮੈਂ ਇੱਧਰ ਆ ਗਿਆ। ਬਾਕੀ ਕੰਸਟਰਕਸ਼ਨ ਜੋਨ ਦੇ
ਤੱਕ ਤੇ ਜਿਹੜਾ ਕੰਸਟਰਕਸ਼ਨ ਜ਼ੋਨ ਥੋੜਾ ਜਿਹਾ ਘੱਟ ਬਿਜ਼ੀ ਹੋਊਗਾ ਜਾਂ ਹਨਾ ਮਾਈਨਰ ਜਿਹਾ ਕੰਸਟਰਕਸ਼ਨ ਜ਼ੋਨ ਹੋਊਗਾ ਉੱਥੇ 60 ਹੋ ਸਕਦੀ ਆ ਮੈਕਸੀਮਮ ਬਟ ਇੱਥੇ 55 ਆ ਇੱਥੇ ਤੇ ਬਾਕੀ ਇਹ ਟਰੱਕ ਦੇ ਵਿੱਚ ਸੈਂਸਰ ਲੱਗੇ ਜੇ ਲਾਈਨ ਦੇ ਉੱਤੇ ਟਰੱਕ ਚੜਦਾ ਵਾ ਨਾ ਇਹਦੇ ਲਾਈਨਾਂ ਪੂਰੀਆਂ ਪੂਰੀਆਂ ਬਣੀਆਂ ਵਾ ਨਾ ਇਹਨਾਂ ਨੇ ਕੰਸਟਰਕਸ਼ਨ ਕਰਕੇ ਲਾਈਨਾਂ ਥੋੜੀਆਂ ਜਿਹੀਆਂ ਕੰਜੈਸਟਡ ਕੀਤੀਆਂ ਹੋਈਆਂ ਵਾ ਤੇ ਹੁਣ ਮੈਂ ਲੈਫਟ ਲੇਨ 'ਚ ਆਉਣਾ ਵਾ ਮੈਨੂੰ ਗੱਡੀ ਰਾਹ ਦੇ ਦੂਗੀ ਤਾਂ ਜਿਹੜੀ ਗੱਡੀ ਆ ਰਹੀ ਪਿੱਛੇ ਚੱਲ ਦੇ ਦਿੱਤਾ ਰਾਹ ਉਹਨੇ ਕਿਉਂਕਿ ਮੈਂ ਤਾਂ ਲੈਫਟ ਲੇਨ ਜਾਣਾ ਕਿਉਂਕਿ ਰਾਈਟ ਸਾਈਡ 'ਤੇ ਚੱਲ ਰਿਹਾ ਟਰੈਫਿਕ ਹੈ ਨਾ ਐਂਟਰ ਹੋ ਰਿਹਾ ਮਰਜ ਹੋ ਰਿਹਾ ਸੋ ਉਹਨੂੰ ਮੈਂ ਰਸਤਾ ਦੇਣਾ ਅਤੇ ਇਹ ਬੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਇੱਥੇ ਜੇ ਸ਼ੋਲਡਰ ਦੇ ਉੱਤੇ ਕਿਸੇ ਨੇ ਆਪਣੀ ਗੱਡੀ ਪੁੱਲ ਕੀਤੀ ਹੈ ਜਾਂ ਟਰੱਕ ਪੁੱਲ ਕੀਤਾ ਆਪਾਂ ਉਹਦੇ ਲਾਗੋਂ ਨਹੀਂ ਕੱਢਣਾ ਆਪਾਂ ਲੇਨ ਚੇਂਜ ਕਰਕੇ ਕੱਢਾਂਗੇ ਇਹਦੇ ਲਾਗੋਂ ਹੁਣ ਦੁਬਾਰਾ ਆਪਣੀ ਲੈਨ ਦੇ ਵਿੱਚ ਆ ਜਾਣਾ ਆਪਾਂ ਅਤੇ ਬਾਕੀ ਤੁਹਾਨੂੰ ਆਹ ਵਿਊ ਨਜ਼ਾਰਾ ਕਹਿਣ ਲੱਗ ਰਿਹਾ ਹੋਊਗਾ ਠੰਡਾ ਠੰਡਾ ਜਿਹਾ ਲੱਗ ਰਿਹਾ ਹੋਊਗਾ ਬੱਦਲ ਹੋ ਗਏ ਹੁਣ ਕਦੀ ਇੱਧਰ ਇਹੀ ਹੈ ਇੱਧਰ ਹੀ ਮੌਸਮ ਚੱਲਦਾ ਰਹਿੰਦਾ ਜੋਰਜੀਆ ਫਲੋਰੀਡਾ ਵਾਲੀ ਸਾਈਡ ਤੁਹਾਨੂੰ ਕੁਝ ਨਹੀਂ ਪਤਾ ਕਿ ਉਹ ਅੱਗੇ ਜਿੱਥੇ ਅੱਗੇ ਅਮੈਰੀਕਾ ਦਾ ਫਲੈਗ ਲੱਗਾ ਕੀ ਪਤਾ ਉੱਥੇ ਜਾ ਕੇ ਮੀਂਹ ਸਟਾਰਟ ਹੋ ਜੇ ਇੰਨੇ ਕੀ ਡਿਫਰੈਂਸ ਦੇ ਵਿੱਚ ਕੁਝ ਨਹੀਂ ਪਤਾ ਲੱਗਦਾ ਇੱਧਰ ਦੇ ਵੈਦਰ ਦਾ ਜਿਹੜਾ ਸਮੁੰਦਰੀ ਏਰੀਆ ਹੁੰਦਾ ਨਾ ਇੱਧਰ ਆਪਣਾ ਫਲੋਰੀਡਾ ਸਾਰਾ ਸਮੁੰਦਰੀ ਏਰੀਆ ਵਾ ਨਾਲ ਨਾਲ ਸਾਰੇ ਬੀਚ ਹੀ ਆ ਉੱਥੇ ਪਾਰਕਿੰਗ ਦੇ ਵਿੱਚ ਲੱਗਦਾ ਮੈਨੂੰ ਜਿਸ ਤੱਕ ਇੱਥੇ ਬਾਹਰੇ ਪਾਰਕ ਕਰਕੇ
ਫਿਰ ਅੰਦਰ ਤੁਰ ਕੇ ਜਾ ਕੇ ਤੇ ਪੇਪਰ ਵਰਕ ਲੈ ਕੇ ਜਾਣਾ ਪਊਗਾ ਆਈ ਥਿੰਕ ਸੋ ਮੇਰੇ ਦਾਦਾ ਸਿੱਧੇ ਚੱਲ ਜਾਂਦੇ ਆ ਬਾਅਦ ਵਿੱਚ ਆ ਕੇ ਇੱਥੇ ਲਾੜਾਂਗੇ ਆਪਾਂ ਆਹੋ ਡੋਕ ਦੇ ਦੇਣ ਤਾਂ ਵਧੀਆ ਨੇ ਜੂਟਰ ਨੂੰ ਮਾਰ ਕੇ ਬਾਹਰ ਆ ਜਾਵਾਂਗੇ ਸਿੱਧਾ ਹੀ ਆਪਾਂ ਅੰਦਰ ਹੀ ਲੈ ਜਾਣਾ ਟਰੱਕ ਕਿਸੇ ਸਾਈਡ 'ਤੇ ਆਪਾਂ ਰਾਈਟ ਸਾਈਡ 'ਤੇ ਲਾ ਲੈਣਾ ਆਪਾਂ ਟਰੱਕ ਨੂੰ ਸਾਰੇ ਇਹਨਾਂ ਦੀ ਆਪਣੀ ਕੰਪਨੀ ਦੇ ਲੱਗਦੇ ਇੱਥੇ ਬਾਹਰਲੇ ਲੋਡ ਲੈਣਗੇ ਕਿ ਨਹੀਂ ਲੈਣਗੇ ਹਲੇ ਬਾਕੀ ਕੁਝ ਨਹੀਂ ਪਤਾ ਕਹਿ ਨਹੀਂ ਸਕਦੇ ਕੁਝ ਆਪਾਂ ਆਪਾਂ ਇੱਥੇ ਟਰੱਕ ਲਾ ਲੈਣਾ ਜਿਹੜਾ ਆਪਾਂ ਬਾਅਦ ਵਿੱਚ ਯੂਟਰਨ ਮਾਰ ਕੇ ਜਾ ਸਕੀਏ ਸੌਖੇ ਹੈ ਹੀ ਨਹੀਂ ਕੋਈ ਇੱਥੇ ਆਈ ਥਿੰਕ ਬਾਹਰ ਗਏ ਹੋਣੇ ਆ ਲਓ ਜੀ ਉਹੀ ਗੱਲ ਹੋਈ ਕਿ ਕਹਿੰਦੇ 10 ਵਜੇ ਆਇਓ ਬਟ ਇੰਨਾ ਵੀ ਨਹੀਂ ਲੇਟ ਚਲੋ 8 ਵਜ ਗਏ ਦੇ 50 ਮਿੰਟ ਹੋਏ ਆ ਅਤੇ 10 ਕੁ ਵਜੇ ਨਾਲ ਆ ਜਾਵਾਂਗੇ ਫਿਰ ਆਪਾਂ ਕੋਈ ਚੱਕਰ ਨਹੀਂ ਉਹ ਲੱਗਾ ਆਪਣਾ ਟਰੱਕ ਸਾਹਮਣੇ ਇਹਦਾ ਥੰਬਨੇਲ ਕਿਹੜਾ ਲਾਈਏ ਇੱਦਾਂ ਕਰਕੇ ਲਾ ਲੈਂਦੇ ਇਹਦਾ ਫੋਟੋ ਖਿੱਚ ਲੈਂਦੇ ਮੌਸਮ ਤਾਂ ਬਹੁਤ ਘੈਂਟ ਬਣਿਆ ਪਿਆ ਜਿੰਨਾ ਤੱਕ ਇਹਨਾਂ ਨੇ ਜਿੰਨਾ ਤੱਕ 10 ਵਜੇ ਨੇ ਆ ਉਹਨਾਂ ਤੱਕ ਆਪਾਂ ਡਰਿੰਕ ਚੱਕੀ ਸੀਗੀ ਉੱਥੋਂ ਆਪਾਂ ਲਾਰਜ ਵਾਲੀ ਨਾਲ ਆਪਾਂ ਸਬਵੇ ਖਾਧਾ ਸੀਗਾ ਅਤੇ ਉਹਨਾਂ ਤੱਕ ਆਪਾਂ ਇਹਨੂੰ ਪੀਂਦੇ ਹਾਂ ਅਤੇ ਬਾਕੀ ਮੌਸਮ ਜਿਹੜੇ ਬੱਦਲ ਦੇਖ ਕੇ ਨਾ ਐਂ ਵਧੀਆ ਨਜ਼ਾਰਾ ਆ ਰਿਹਾ ਸ਼ੀਸ਼ਾ ਖੋਲ੍ਹ ਕੇ ਬਹਿ ਜਾਂਦੇ ਆਪਾਂ ਮੌਸਮ ਪਰ ਅੱਗੇ ਬਾਹਰੋਂ ਪਰ ਗਰਮ ਹਵਾ ਆਉਂਦੀ ਆ ਇਹਨੂੰ ਤਾਂ ਉਹਨੂੰ ਚੱਕਣਾ ਪੈਣਾ ਆਪਾਂ ਏ ਸੀ ਛੱਡਿਆ ਹੋਇਆ ਵਾ ਏ ਸੀ ਚੱਲ ਰਿਹਾ ਏ ਸੀ ਕੂਲਿੰਗ ਕਰੂਗਾ ਹੁਣ ਲਓ ਵੀ ਆਪਾਂ ਲਾ ਤਾ ਆਪਣਾ ਟਰੱਕ ਬੈਕ ਅਤੇ ਲਾਇਆ ਕਿੰਨੇ ਵਜੇ ਆ 11:15 ਵਜੇ ਬਹੁਤ ਲੇਟ ਕਰਤਾ ਇਹਨਾਂ ਨੇ ਅੱਗੇ ਮੈਨੂੰ ਰਾਤ ਨੂੰ ਡੇਢ ਘੰਟਾ ਟਰੱਕ ਚਲਾ ਕੇ ਪਿਕਅਪ ਲਾਗੇ ਵੀ ਲੈ ਕੇ ਜਾਣਾ ਪੈਣਾ 6:30 ਵਜੇ ਸਵੇਰ ਦੀ ਪਿਕਅਪ ਆ ਅਤੇ ਮੈਨੂੰ ਨਹੀਂ ਲੱਗਦਾ ਕਿ ਆਪਣੀ ਨੀਂਦ ਪੂਰੀ ਹੋਊਗੀ ਚੰਗੀ ਤਰ੍ਹਾਂ ਅਤੇ ਦੇਖਦੇ ਹਾਂ ਬਾਕੀ ਭੱਜ ਦੌੜ ਤਾਂ ਲੱਗੀ ਰਹਿਣੀ ਆ ਹੁਣ ਲਾਇਆ ਬੈਗ ਕੀ ਪਤਾ ਕਿੰਨੇ ਵਜੇ ਡਨ ਕਰਨਾ 11:15 ਬੈਗ ਲਾਇਆ ਅਤੇ ਜਦੋਂ ਵੀ ਡਨ ਹੁੰਦਾ ਅਤੇ ਉਹ ਵੀ ਦੱਸਾਂਗੇ ਆਪਾਂ ਕਿੰਨੇ ਵਜੇ ਹੋਇਆ ਡਨ ਅਤੇ ਹੁਣ ਉਹਨਾਂ ਤੱਕ ਸੁਣੀਏ ਉਹਨਾਂ ਨੇ ਲੰਪਰ ਫੀਸ ਕਿੰਨੀ ਲੈਣੀ ਇਹਨਾਂ ਨੇ ਇਹ ਵੀ ਨਹੀਂ ਦੱਸਿਆ ਮੈਨੂੰ ਲੱਗਦਾ ਲੈਣੀ ਨਹੀਂ ਇਹਨਾਂ ਨੇ ਲੰਪਰ ਫੀਸ ਲੈਟਸ ਸੀ ਕੀ ਬਣਦਾ ਫਿਲਹਾਲ ਤਾਂ ਸੁਸਤੀ ਪਈ ਆ ਮਾੜੀ ਬੁੜੀ ਪੀ ਕੇ ਅਤੇ ਆਪਾਂ ਲੰਮੇ ਪਏ ਲਓ ਮਿੱਤਰੋ ਗੁੱਡ ਨਿਊਜ਼ ਇਹ ਆ ਕਿ ਉਹਨਾਂ ਨੇ ਕੋਈ ਲੰਪਰ ਫੀਸ ਨਹੀਂ ਚਾਰਜ ਕਰਾਈ ਸਿੱਧਾ ਕਹਿਤਾ ਕਿ ਯੂ ਗੁੱਡ ਟੂ ਗੋ ਅਤੇ ਰਾਤ ਦੇ 1:00 ਆ ਮੈਂ ਆਲਮੋਸਟ 9:00 ਨਾਲ ਆਇਆ ਸੀਗਾ 1:00 ਫਰੀ ਹੋਇਆ ਪੂਰੇ 4 ਘੰਟੇ ਲਾ ਦਿੱਤੇ ਇਹਨਾਂ ਨੇ ਬਹੁਤ ਬੈਡ ਸਰਵਿਸ ਹੱਕ ਵਾਲੇ ਸੀਗੇ ਅੰਦਰ ਆਪਣੀ ਮਰਜ਼ੀ ਦੇ ਨਾਲ ਕੰਮ ਕਰਦੇ ਆ ਅਨਲੋਡ ਉਦੋਂ ਵੀ ਹੋ ਸਕਦਾ ਸੀ 9:00 ਕਿਸੇ ਹੋਰ ਦੀ ਡਿਊਟੀ ਸੀ ਉਹ ਮੈਨੂੰ ਕਹਿੰਦਾ 10:00 ਅਨਲੋਡ ਕਰਾਂਗੇ ਅਤੇ 10:00 ਡਿਊਟੀ ਚੇਂਜ ਹੋਈ ਅਤੇ ਜਿਹਦੀ 10:00 ਡਿਊਟੀ ਉਹ ਕਹਿੰਦਾ ਅਸੀਂ 11:00 ਅਨਲੋਡ ਕਰਾਂਗੇ ਸੋ ਇੱਦਾਂ ਚੱਲਿਆ ਚਲੋ ਕੋਈ ਨਾ ਹੁਣ ਮੈਂ ਲੱਗਾ ਸੌਣ ਅਤੇ ਸਵੇਰੇ 5:00 ਨਾਲ ਇੱਥੋਂ ਨਿਕਲਦਾ 1:30 ਰਾਹ ਵਾ 6:30 ਪਿਕਅਪ 'ਤੇ ਪਹੁੰਚੂਗਾ ਅਤੇ ਚਲੋ ਮੋਰਨਿੰਗ ਕਰਦੇ ਹਾਂ ਕੱਲ੍ਹ ਦੋਸਤੋ ਮੇਰੇ ਵੀਡੀਓ
ਬਰਗਰ ਪਤਾ ਨਹੀਂ ਮੈਂ ਸਹੀ ਕਿਹਾ ਵੀ ਹੈ ਕਿ ਨਹੀਂ ਅਤੇ ਆਹ ਰਾਈਟ ਸਾਈਡ ਸਕਿਉਰਟੀ ਚੈੱਕ ਇਨ ਕਰਾਉਣਾ ਆਪਾਂ ਇਹਨੂੰ ਆਪਾਂ ਆਪਣਾ ਪਿਕਅਪ ਨੰਬਰ ਵਗੈਰਾ ਦੱਸਣਾ ਸਾਰਾ ਕੁਝ ਇੱਥੇ ਸਟੋਪ ਸਾਈਨ ਦੇ ਉੱਤੇ ਆਪਾਂ ਇੱਥੇ ਬਰੇਕਾਂ ਖਿੱਚ ਦੇਣੀਆਂ ਇੱਥੇ ਬਰੇਕਾਂ ਖਿੱਚ ਕੇ ਹੁਣ ਇਹਨੂੰ ਆਪਾਂ ਅੰਦਰ ਜਾ ਕੇ ਦੱਸਣਾ ਕਿ ਹਾਂ ਵੀ ਸਾਡਾ ਆਹ ਪਿਕਅਪ ਨੰਬਰ ਆ ਮਿੱਟੀ ਮੁੱਟੀ ਕੁਝ ਨਹੀਂ ਉਹ ਇਹ ਪੇਪਰ ਰੋਲ ਆ ਪਲਾਸਟਿਕ ਰੋਲ ਨਹੀਂ ਜਿਹੜੇ ਹੁੰਦੇ ਉਹ ਆ ਜਿਹੜੇ ਪਏ ਆ ਇਹਨਾਂ ਵੇਖ ਕੇ ਲੱਗਦਾ ਜਿੱਦਾਂ ਨਾ ਮਿੱਟੀ ਹੁੰਦੀ ਜਿੱਦਾਂ ਆਪਾਂ ਪੀਟ ਮੋਸ ਦਾ ਲੋਡ ਨਹੀਂ ਚੱਕਦੇ ਹੁੰਦੇ ਪਹਿਲਾਂ ਇੱਦਾਂ ਲੱਗਦਾ ਜਿੱਦਾਂ ਨਾ ਮਿੱਟੀ ਹੁੰਦੀ ਆ ਆਪਾਂ ਲੈ ਕੇ ਜਾਣੀ ਜਿਹੜੀ ਬਟ ਇਹ ਅਲੱਗ ਚੀਜ਼ ਹੋਊਗੀ ਇਹ ਦੂਸਰੀ ਫੈਕਟਰੀ ਦੀ ਹੋਊਗੀ ਅਤੇ ਜਿੱਥੇ ਅੰਦਰ ਗਏ ਹਾਂ ਆਪਾਂ ਉੱਥੇ ਰੋਲ ਆ ਪੇਪਰ ਰੋਲ ਆ ਪਤਾ ਨਹੀਂ ਕਿਹੜੇ ਰੋਲ ਆ ਪਲਾਸਟਿਕ ਰੋਲ ਉਹ ਲੈ ਕੇ ਜਾਣੇ ਆ ਆਪਾਂ ਭਰਾਵਾ ਚਾਰ ਪੰਜ ਵਜੇ ਤੋਂ ਪਹਿਲਾਂ ਤੋਰ ਦਿਓ ਮੈਂ ਜਾਣਾ ਮੈਨੂੰ ਬਹੁਤ ਬੜੇ ਦਿਨ ਹੋ ਗਏ ਭਰਾਵਾ ਮੈਨੂੰ ਨਿਕਲਿਆ ਨੂੰ ਘਰੋਂ ਤੇ ਚਾਰ ਪੰਜ ਵਜੇ ਤੋਂ ਪਹਿਲਾਂ ਪਹਿਲਾਂ ਇੱਥੋਂ ਤੋਰਿਓ ਜ਼ਰੂਰ ਜਿਹੜਾ ਮੈਂ ਕੱਲ੍ਹ ਰਾਤ ਤੱਕ ਪਹੁੰਚ ਜਾਵਾਂ ਘਰੇ ਹਾਂਜੀ ਵੀ ਚੱਕ ਲਏ ਰੋਲ ਅਤੇ ਹੁਣ ਡੋਰ ਆਪਾਂ ਕਰਦੇ ਲੱਗੇ ਹਾਂ ਬੰਦ ਇੱਥੋਂ ਛੇਤੀ ਛੇਤੀ ਨਿਕਲੀਏ ਇਹਨਾਂ ਨੇ ਵੀਡੀਓ ਬਣਾਉਣਾ ਇੱਥੇ ਅਲਾਊਡ ਨਹੀਂ ਕੀਤਾ ਹੋਇਆ ਮੈਂ ਚੋਰੀ ਚੋਰੀ ਬਣਾਉਣ ਡਿਆ ਅਤੇ ਹੁਣ ਨਿਕਲਦੇ ਹਾਂ ਆਪਾਂ ਇੱਥੋਂ ਵੈਸੇ ਮੈਨੂੰ ਨਾ ਸਭ ਨਾਲੋਂ ਬੈਸਟ ਪਾਰਕਿੰਗਾਂ ਲੱਗਦੀਆਂ ਵਾ ਲਵਸ ਟਰੈਵਲ ਸਟੋਪ ਦੀਆਂ ਭਾਵੇਂ ਜੇ ਇੱਥੇ ਪਾਰਕਿੰਗ ਨਾ ਵੀ ਲੱਭੇ ਨਾ ਫਿਰ ਵੀ ਆਪਾਂ ਕਿਤੇ ਨੁੱਕਰੇ ਨੱਕਰੇ ਪਿਸ਼ਾਬ ਸੂ ਕੇ ਕਿਤੇ ਲਾ ਕੇ ਅਤੇ ਸੌਂ ਜਾਈਦਾ ਪਰ ਜੇ ਆਪਾਂ ਲਵਸ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਜੇ ਆਪਾਂ ਇੱਧਰੋਂ ਟਰੱਕ ਬੈਕ ਲਾਉਣਾ ਹੋਵੇ ਇਕੱਲੀ ਜਿਹੜੀ ਮਰਜ਼ੀ ਪਾਰਕਿੰਗ ਸਪੋਟ ਦੇ ਵਿੱਚ ਬੈਕ ਲੱਗਣਾ ਹੋਵੇ ਹੈ ਨਾ ਭਾਵੇਂ ਦੋਨਾਂ ਸਾਈਡਾਂ ਦੇ ਟਰੱਕ ਹੋਣ ਤਾਂ ਵੀ ਆਪਾਂ ਬਹੁਤ ਜਗ੍ਹਾ ਵੱਗ ਗਏ ਕਿ ਆਪਾਂ ਟਰੱਕ ਨੂੰ ਸਿੱਧਾ ਕਰਕੇ ਪਿੱਛੇ ਬੈਕ ਲਿਆ ਸਕਦੇ ਹਾਂ ਆਪਾਂ ਬਹੁਤ ਖੁੱਲ੍ਹੀ ਜਗ੍ਹਾ ਵਾ ਬਟ ਮੈਂ ਇਸ ਤੋਂ ਮੈਂ ਆਉਂਦਾ ਪਿਆ ਸੀ ਰਾਤ ਦਾ ਹੁਣ ਇੱਕ ਵੱਜ ਗਿਆ ਹੈ ਨਾ ਸਵਾ ਇੱਕ ਹੋ ਗਿਆ ਅਤੇ ਮੈਂ 12 ਵਜੇ ਇੱਕ ਟਰੱਕ ਸਟੋਪ 'ਤੇ ਰੁਕਿਆ ਸੀਗਾ ਪਾਇਲਟ 'ਤੇ
ਪਹਿਲਾਂ ਦੇ ਉਹਦੀਆਂ ਮੈਂ ਤਿੰਨੇ ਚਾਰ ਲਾਈਨਾਂ ਸੀਗੀਆਂ, ਤਿੰਨ ਚਾਰ ਲਾਈਨਾਂ ਸਾਰੀਆਂ ਲਾਈਨਾਂ 'ਚ ਘੁੰਮਿਆ, ਕੋਈ ਪਾਰਕਿੰਗ ਨਹੀਂ ਮਿਲੀ ਮੈਨੂੰ। ਅਤੇ ਜਦੋਂ ਐਂਡ 'ਤੇ ਜਾ ਕੇ ਪਾਰਕਿੰਗ ਲੱਭੀ, ਉਹ ਪਾਰਕਿੰਗ ਦੇ ਵਿੱਚੋਂ ਟਰੱਕ ਨਿਕਲ ਰਿਹਾ ਸੀਗਾ, ਅਤੇ ਉਹ ਟਰੱਕ ਇੱਦਾਂ ਨਿਕਲਦਾ ਪਿਆ ਸੀ ਕਿ ਦੋ ਤਿੰਨ ਵਾਰੀ ਉਹਨੇ ਬੈਕ ਕੀਤਾ, ਫਿਰ ਉਹਨੇ ਟਰਨ ਕੀਤੀ, ਦੋ ਤਿੰਨ ਵਾਰੀ ਉਹਨੇ ਐੱਲ ਬਣਾਈ, ਹੈ ਨਾ, ਫਿਰ ਉਹ ਬਾਹਰ ਨਿਕਲਿਆ। ਕਿ ਮਤਲਬ ਕਿ ਉਹਨੂੰ ਟਰੱਕ ਪਾਰਕਿੰਗ 'ਚੋਂ ਬਾਹਰ ਕੱਢਣ ਲੱਗਿਆ ਇੰਨੀ ਤਕਲੀਫ ਹੋਣ ਡੀ ਸੀਗੀ, ਜੇ ਆਪਾਂ ਟਰੱਕ ਉੱਥੇ ਬੈਕ ਲਾਉਣਾ ਹੋਵੇ ਤਾਂ ਬੜਾ ਔਖਾ ਲੱਗਣਾ ਸੀਗਾ, ਬਹੁਤ ਹੈਲਪ ਦੀ ਲੋੜ ਪੈਣੀ ਸੀਗੀ, ਕਿਉਂਕਿ ਸਪੋਰਟ ਹੀ ਬੜੇ ਟਾਈਟ ਬਣਾਏ ਸੀਗੇ ਉਹਨਾਂ ਨੇ। ਫਿਰ ਯਾਰ ਉਹਨਾਂ ਨੇ ਸੋਚਿਆ ਨਹੀਂ ਆਪਾਂ ਲਫਜ਼ 'ਤੇ ਜਾਂਦੇ, ਇੱਕ ਘੰਟਾ ਅੱਗੇ ਆਇਆ ਮੈਂ, ਅਤੇ ਹੁਣ ਲਫਜ਼ 'ਤੇ ਆ ਕੇ ਮੈਂ ਉੱਥੇ ਟਰੱਕ ਆਪਣਾ ਬੈਕ ਲਾਇਆ, ਅਤੇ ਬਾਕੀ ਮੈਂ ਤੁਹਾਨੂੰ ਸਵੇਰੇ ਮੈਂ ਪਾਰਕਿੰਗ ਸਪੋਟ ਦਿਖਾਊਂਗਾ ਕਿ ਕਿੱਥੇ ਬੈਕ ਲਾਇਆ, ਲਾਇਆ ਬੜੇ ਜਗਾੜ ਦੇ ਨਾਲ, ਅਤੇ ਸਵੇਰੇ ਉੱਠ ਕੇ ਪਾਰਕਿੰਗ ਸਪੋਟ ਤੁਹਾਨੂੰ ਦਿਖਾਊਂਗਾ। ਦੋਸਤੋ ਮੈਂ ਟਰੱਕ ਲਾ ਲਿਆ ਸੀਗਾ ਐਂਟਰੈਂਸ 'ਤੇ, ਠੀਕ ਆ, ਇੱਥੇ ਪਾਰਕਿੰਗ ਸਪੋਟ ਨਹੀਂ ਹੈਗਾ, ਅਤੇ ਆਹ ਦੇਖਿਓ ਪਾਰਕਿੰਗ ਸਪੋਟ ਇੱਧਰੋਂ ਖਤਮ ਹੋ ਜਾਂਦਾ, ਅਤੇ ਆਹ ਕਰਵ ਨਾਲ ਜਿਹੜਾ ਕਰਵ ਬਣਦੀ ਆ, ਹੈ ਨਾ, ਨਾਲ ਜਿਹੜਾ ਮਤਲਬ ਕਿ ਜਿਹੜੀ ਕਰਵ ਹੁੰਦੀ ਆ ਜਿਹੜੀ ਨਾਲ, ਹੈ ਨਾ, ਅਤੇ ਉਹਦੇ ਪਿਛਲੇ ਪਾਸੇ ਇੱਕ ਟੈਂਕਰ ਲੱਗਾ ਸੀਗਾ ਰੋਡ ਵੱਲ ਨੂੰ ਮੂੰਹ ਕਰਕੇ, ਜਿੱਥੇ ਉਹ ਟ੍ਰੇਲਰ ਮੁੜਦਾ ਪਿਆ ਵਾ, ਹੈ ਨਾ, ਫਲੈਟ ਬੈਡ ਮੁੜਦਾ ਪਿਆ, ਅਤੇ ਉੱਥੇ ਮੈਂ ਕਰ ਦਿੱਤਾ ਸੀਗਾ ਬੈਕ ਉਹਦੇ ਨਾਲ ਜੋੜ ਕੇ, ਇੱਦਾਂ ਦਾ ਟੈਂਕਰ ਸੀਗਾ ਜਿਹੜਾ ਸਾਹਮਣੇ ਟੈਂਕਰ ਆ ਰਿਹਾ ਨਾ, ਐਵੇਂ ਦਾ ਟੈਂਕਰ ਜਿਹਾ ਸੀਗਾ, ਅਤੇ ਮੈਂ ਉੱਥੇ ਫਿਰ ਟਰੱਕ ਲਾਤਾ ਉਹਦੇ ਨਾਲ ਪਿੱਛੇ ਜਾ ਕੇ ਬੈਕ ਕਰਕੇ ਨਾਲ ਜੋੜ ਕੇ। ਇੱਥੇ ਪਾਰਕਿੰਗ ਨਹੀਂ ਹੈਗੀ ਕੋਈ, ਐਂਟਰੈਂਸ ਦੇ ਉੱਤੇ ਆ। ਆਹ ਦੇਖੋ ਤੁਸੀਂ ਦੇਖ ਸਕਦੇ ਹੋ ਵਾਧੂ ਜਗ੍ਹਾ ਇੱਧਰ, ਬਹੁਤ ਜ਼ਿਆਦਾ ਜਗ੍ਹਾ ਇੱਧਰ, ਕੋਈ ਪਰਵਾਹ ਹੀ ਨਹੀਂ ਪਾਰਕਿੰਗਾਂ ਦੀ। ਉਹ ਤੁਸੀਂ ਦੇਖ ਸਕਦੇ ਆ ਉਹ ਜਿਹੜਾ ਟਰੱਕ ਲੱਗਾ ਨਾ ਉਹਦੇ ਨਾਲ ਐਂਟਰੈਂਸ ਆ, ਉਹਦੇ ਨਾਲ ਲਾਤਾ ਸੀਗਾ ਟਰੱਕ ਮੈਂ ਰਾਤੀ, ਜਦੋਂ ਕਿਤੇ ਪਾਰਕਿੰਗ ਨਹੀਂ ਲੱਭਦੀ ਫਿਰ ਯਾਰ ਹੁਣ ਇੱਦਾਂ ਹੀ ਕਰਦੇ ਹੁੰਦੇ। ਬਾਕੀ ਮੈਂ ਦੱਸਿਆ ਸੀਗਾ ਕਿ ਲਫਜ਼ ਟਰੈਵਲ ਸਟੋਪ ਮੈਨੂੰ ਇਸੇ ਕਰਕੇ ਬੈਸਟ ਲੱਗਦਾ ਕਿ ਬਹੁਤ ਜ਼ਿਆਦਾ ਜਗ੍ਹਾ ਹੁੰਦੀ ਆ ਇੱਥੇ ਬੈਕ ਲਾਉਣ ਵਾਸਤੇ, ਅਤੇ ਆਪਾਂ ਉੱਦਾਂ ਵੀ ਕਿਤੇ ਨਾ ਕਿਤੇ ਫਸਾ ਸਕਦੇ ਹਾਂ ਟਰੱਕ। ਪਾਇਲਟ ਦੇ ਵਿੱਚ ਮੈਂ ਰਾਤੀ ਦੇਖਿਆ ਉਹ ਬਹੁਤ ਜ਼ਿਆਦਾ ਕੰਜਸਟਡ ਸੀਗਾ, ਬਹੁਤ ਜ਼ਿਆਦਾ, ਉਰੇ ਪਰੇ ਵੀ ਨਹੀਂ ਲਾ ਸਕਦਾ ਸੀ ਬੰਦਾ ਕਰਮਾਂ ਕਰਮਾਂ ਦੇ ਨਾਲ, ਉਹ ਬਾਹਲਾ ਔਖਾ ਸੀਗਾ ਉੱਥੇ, ਫਿਰ ਮੈਂ ਉੱਥੋਂ ਭਜਾ ਕੇ ਅੱਗੇ ਲਾਇਆ ਇੱਕ ਘੰਟਾ ਟਰੱਕ। ਲਓ ਵੀ ਮੇਰੇ ਬੇਲੀਓ, ਆਪਾਂ ਆਪਣੀ ਇਸ ਮੈਨੀਫੈਸਟ ਅਤੇ ਕੋਲਡ ਡਰਿੰਕ ਚੱਕ ਲਿਆਉਂਦੀ ਆ, ਅਤੇ ਅੰਦਰੋਂ ਪੀਜ਼ਾ ਖਾ ਲਿਆ ਸੀ, ਕਾਫੀ ਦਿਨ ਹੋ ਗਏ ਬਾਹਰ ਤੁਰੇ ਫਿਰਦੇ ਨੇ, ਰੋਟੀ ਰੂਟੀ ਸਾਰਾ ਕੁਝ ਖਤਮ ਹੋਇਆ ਪਿਆ ਸੀ, ਅਤੇ ਫਿਰ ਹੁਣ ਪੀਜ਼ਾ ਖਾ ਗਿਆ ਅੰਦਰੋਂ, ਤਾਂ ਆਪਣਾ ਇਸ ਮੈਨੀਫੈਸਟ ਆ ਗਿਆ, ACI ਆ ਗਿਆ, ਅਤੇ ਹੁਣ ਆਪਾਂ ਬਾਰਡਰ ਕ੍ਰੋਸ ਕਰ ਦੇਣਾ। ਅਤੇ ਇੱਕ ਬੜੀ ਵਧੀਆ ਚੀਜ਼ ਵਾ ਜਿਹੜਾ ਇਹਨਾਂ ਨੇ ਨਾ ਅੰਦਰ ਲੈਮਨ ਵਾਲੇ ਏਡੇ ਏਡੇ ਪਾਊਚ ਰੱਖੇ ਨਿੱਕੇ ਜਿਹੇ, ਲੈਮਨ ਦੇ ਨਾਲ ਕਾਲੀਆਂ ਮਿਰਚਾਂ ਅਤੇ ਨਾਲ ਲੂਣ, ਹੈ ਨਾ, ਸਾਰਾ ਕੁਝ ਉਹਨਾਂ ਨੇ ਅੰਦਰ ਰੱਖਿਆ ਹੁੰਦਾ ਪਾਊਚਾਂ ਦੇ ਵਿੱਚ, ਨਿੱਕੇ ਨਿੱਕੇ ਜਿਹੇ ਏਡੇ ਏਡੇ ਪਾਊਚ ਰੱਖੇ ਹੁੰਦੇ ਸਾਰਾ ਕੁਝ, ਅਤੇ ਉਹ ਬੜੀ ਵਧੀਆ ਚੀਜ਼ ਆ। ਸਪਰਾਈਟ ਭਰ ਕੇ, ਸਪਰਾਈਟ ਦੇ ਵਿੱਚ ਕਾਲਾ ਕਾਲੀਆਂ ਮਿਰਚਾਂ ਪਾ ਕੇ ਥੋੜ੍ਹੀਆਂ ਜਿਹੀਆਂ, ਅਤੇ ਨਾਲ ਥੋੜ੍ਹਾ ਜਿਹਾ ਲੂਣ ਪਾ ਕੇ, ਅਤੇ ਲੈਮਨ ਵਾਲਾ ਇੱਕ 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 ਪਾਊਚ ਲੈਮਨ ਵਾਲਾ ਪਾ ਕੇ, ਅਤੇ ਮਿਕਸ ਕਰਕੇ ਬਰਫ਼ ਦੇ ਢੇਲੇ ਪਾਏ ਕਾਫੀ ਵਿੱਚ, ਅਤੇ ਗਰਮੀ ਦੇ ਵਿੱਚ ਵਧੀਆ, ਅੱਜ 36 degrees ਟੈਂਪਰੇਚਰ ਆ ਇੱਥੇ। ਅਤੇ ਚਲੋ ਹੁਣ ਆਪਾਂ ਆਪਣੇ ਟਰੱਕ ਦੀ PDA ਕਰ ਲੈਣੀ ਆ, ਮੈਂ ਹੁਣ PDA ਕਰਕੇ ਫਿਰ ਨਿਕਲ ਜਾਣਾ, ਫਿਰ ਕੈਨੇਡਾ ਐਂਟਰ ਹੁੰਦੇ ਹਾਂ, ਅਤੇ ਫਿਰ ਯਾਰ ਦੇ ਟਰੱਕ ਲਾ ਕੇ ਅਤੇ ਘਰ ਜਾਵਾਂਗੇ ਆਪਾਂ। ਚਲੋ PDA ਕਰੀਏ, ਅਤੇ ਫਿਰ ਬਾਕੀ ਦਾ ਸਫ਼ਰ ਸ਼ੁਰੂ ਕਰਦੇ ਹਾਂ, 6 ਘੰਟੇ ਦਾ ਰਾਹ ਰਹਿ ਗਿਆ ਬਸ ਆਪਾਂ ਨੂੰ, ਆਪਾਂ ਨਿਕਲ ਜਾਣਾ ਹੁਣ ਇੱਥੋਂ ਛੇਤੀ। ਲਓ ਵੀ ਦੋਸਤੋ, ਬਾਰਡਰ ਕਰਕੇ ਕ੍ਰੋਸ ਯਾਰ ਹੁਣ ਐਂਟਰ ਹੋ ਗਿਆ ਆਪਣੇ ਕੈਨੇਡਾ ਮਿੰਡਸਰ ਸਿਟੀ ਦੇ ਵਿੱਚ, ਅਤੇ ਹਰ ਵਾਰ ਦੀ ਤਰ੍ਹਾਂ ਮਿੰਡਸਰ ਦਾ ਜਿਹੜਾ ਇਹ ਰੋਡ ਆ, ਰੋਡ ਹੋਰਨ ਚਰਚ ਰੋਡ ਆ ਸ਼ਾਇਦ, ਹੈ ਨਾ, ਹੋਰਨ ਚਰਚ ਨਾਮ ਲੈਂਦੇ ਇਹਦਾ, ਅਤੇ ਆਲਵੇਜ਼ ਹਰ ਵਾਰ ਦੀ ਤਰ੍ਹਾਂ ਇਹ ਫਿਰ ਅੱਜ ਬਿਜ਼ੀ ਮਿਲ ਰਿਹਾ ਵਾ, ਪਰ ਅੱਜ ਇਹ ਸ਼ੁਕਰ ਸੀਗਾ ਕਿ ਬਾਰਡਰ ਦੇ ਉੱਤੇ ਮੈਕਸੀਮਮ ਮੈਨੂੰ 15 ਕੁ ਮਿੰਟ ਲੱਗਿਆ, 15 ਮਿੰਟ ਤੋਂ ਵੱਧ ਨਹੀਂ ਟਾਈਮ ਨਿਕਲਿਆ, ਕਿ ਮੈਂ ਬ੍ਰਿਜ ਦੇ ਉੱਤੇ ਸਟੱਕ ਨਹੀਂ ਹੋਇਆ, ਹੈ ਨਾ, ਨਾ ਕੋਈ ਐਕਸਿਡੈਂਟ ਦੇ ਕਿਤੇ ਨਹੀਂ ਸਟੱਕ ਹੋਇਆ, ਸਿੱਧਾ ਸਿੱਧਾ ਬੋਰਸਾਂ ਦੇ ਸਾਹਮਣੇ, ਅਤੇ ਜਦੋਂ ਮੈਂ ਐਂਟਰ ਹੋਇਆ ਬਾਰਡਰ 'ਚ, ਮੇਰੀ ਟਰਨ ਸੀਗੀ 4th ਦੇ, 4th ਨੰਬਰ ਮੇਰਾ ਸੀਗਾ, ਸੋ ਆਪਾਂ ਸਹੀ ਰਹਿ ਗਏ, ਅਤੇ
ਹੁਣ ਬਸ ਥੋੜਾ ਜਿਹਾ ਚਲਾ ਕੇ ਟਰੱਕ ਅੱਧਾ ਘੰਟਾ ਚਲਾ ਕੇ ਇੱਕ ਔਨ ਰੂਟ ਆਉਣਾ, ਉੱਥੇ ਕਾਫੀ ਕੱਢੂੰਗਾ ਮੈਂ, ਕਿਉਂਕਿ ਸਵੇਰੇ ਕਾਫੀ ਨਹੀਂ ਪੀਤੀ ਯਾਰਾਂ ਨੇ, ਸਵੇਰੇ ਕਾਫੀ ਨਹੀਂ ਪੀਤੀ ਅਤੇ ਹੁਣ ਫਿਰ ਟਿਮ ਹੋਟਲ ਦੀ ਕਾਫੀ ਪੀਤੇ ਬਿਨਾਂ ਆਪਾਂ ਜਾਣਾ ਨਹੀਂ। ਥੋੜ੍ਹਾ ਜਿਹਾ ਟਰੱਕ ਚਲਾ ਕੇ ਟਰੱਕ ਅੱਧਾ ਘੰਟਾ ਅਤੇ ਇੱਕ ਆਉਣਾ, ਇੱਕ ਰਾਈਟ ਸਾਈਡ 'ਤੇ ਟਿਮ ਹੋਟਲ, ਬਟ ਆਪਾਂ ਇੱਥੇ ਰੋਕ ਨਹੀਂ ਸਕਦੇ, ਇੱਥੇ ਪਾਰਕਿੰਗ ਨਹੀਂ ਹੈਗੀ, ਪਾਰਕਿੰਗ ਆਪਾਂ ਨੂੰ ਮਿਲੂਗੀ ਗਾਂਹ ਜਾ ਕੇ ਔਨ ਰੂਟ ਦੇ ਉੱਤੇ। ਉਸ ਚਾਹ ਚੱਕ ਕੇ ਅਤੇ ਕਾਫੀ ਕਾਫੀ ਪੀਵਾਂਗੇ, ਬਹੁਤ ਦਿਨਾਂ ਦੀ ਕੀਤੀ ਨਹੀਂ ਆ ਟਿਮ ਹੋਟਲ। ਲਓ ਵੀ ਜਨਾਬ ਆ ਗਏ ਆਪਾਂ ਔਨ ਰੋਡ ਦੇ ਉੱਤੇ, ਪਾਰਕਿੰਗ ਆਪਾਂ ਨੂੰ ਮਿਲ ਗਈਆਂ ਸੁੱਖ ਨਾਲ ਵਿਹਲੀਆਂ, ਅਤੇ ਹੁਣ ਆਪਾਂ ਅੰਦਰੋਂ ਚਾਹ ਚੱਕ ਕੇ ਲਈਏ ਅਤੇ ਫਿਰ ਚਾਹ ਪੀਂਦੇ ਪੀਂਦੇ ਨਜ਼ਾਰੇ ਲੈਂਦੇ ਲੈਂਦੇ ਚੱਲੀ ਜਾਵਾਂਗੇ। ਰਹਿ ਗਿਆ ਥੋੜ੍ਹਾ ਪੌਣੇ ਕੁ ਤਿੰਨ ਘੰਟੇ ਦਾ ਰਾਹ ਰਹਿ ਗਿਆ, ਤਿੰਨ ਘੰਟੇ ਦਾ ਲਾ ਕੇ ਚੱਲੋ, ਟ੍ਰੈਫਿਕ ਵੀ ਮਿਲ ਸਕਦਾ ਰਾਹ ਦੇ ਵਿੱਚ। ਇੱਕੀ ਮਿੰਟ ਲੈਣ ਦੇ ਵਿੱਚ ਲੱਗ ਕੇ ਫਿਰ ਵਾਰੀ ਆਈ, ਬਹੁਤ ਜ਼ਿਆਦਾ ਟ੍ਰੈਫਿਕ ਸੀਗਾ ਉੱਥੇ, ਅਤੇ ਹੁਣ ਚਾਹ ਪੀਏ। ਪਹਿਲਾਂ ਬੈਗ ਘੋਲਣਾ ਜਾ ਕੇ, ਚਾਹ ਵਾਲਾ ਜਿਹੜਾ ਟੀ ਬੈਗ ਹੁੰਦਾ ਨਾ ਜਿਹੜਾ, ਉਹ ਘੋਲਣਾ ਪਹਿਲਾਂ ਜਾ ਕੇ ਸਭ ਤੋਂ ਪਹਿਲਾਂ। ਉਹ ਟਰੱਕ ਲੱਗਾ ਆਪਣਾ ਪਹਿਲੇ ਨੰਬਰ 'ਤੇ, ਪਾਰਕਿੰਗਾਂ ਬਹੁਤ ਇਹਨਾਂ ਦੀਆਂ, ਉਹ ਐਂਡ ਤੱਕ ਪਾਰਕਿੰਗਾਂ ਹੀ ਇਹਨਾਂ ਦੀਆਂ, ਅਤੇ ਨਾਲ ਨਾਲ ਹਾਈਵੇ 401 ਚੱਲਦਾ, ਕੰਸਟਰਕਸ਼ਨ ਚੱਲੀ ਜਾਂਦੀ ਆ, ਟ੍ਰੈਫਿਕ ਵੀ ਲੱਗਾ ਟੋਰੋਂਟੋ ਲੱਗੇ ਉੱਥੇ ਆਪਣੇ, ਜਿਸ ਆਪਾਂ ਐਗਜ਼ਿਟ ਕੱਢਣਾ ਬਰੈਂਪਟਨ ਦਾ, ਉੱਥੇ ਟ੍ਰੈਫਿਕ ਵੀ ਲੱਗਾ, ਦੇਖੋ ਜਾਂਦਿਆਂ ਨੂੰ ਹਟਦਾ ਕਿ ਨਹੀਂ ਹਟਦਾ। ਟੀ ਬੈਗ ਘੋਲ ਲਈਏ, ਇਹਨੂੰ ਟਾਈਮ ਲੱਗਦਾ ਹੁੰਦਾ ਘੋਲਣ ਨੂੰ, ਫਿਰ ਉਹਨਾਂ ਤੱਕ ਜੇ ਆਪਾਂ ਇੱਦਾਂ ਪੀ ਲਈਏ ਟੇਸਟ ਨਹੀਂ ਆਉਣਾ, ਫਿਰ ਐਂਡ 'ਤੇ ਟੇਸਟ ਆਊਗਾ, ਉਹਦਾ ਕੋਈ ਫਾਇਦਾ ਨਹੀਂ। ਅੱਛਾ, ਇਹ ਟੀ ਦਾ ਟੇਸਟ ਵਧੀਆ ਲੱਗਦਾ ਮੈਨੂੰ ਇਹਨਾਂ ਦੀ ਤਾਂ। ਜਿਹੜੀ ਇਹ ਕੌਫੀ ਹੁੰਦੀ ਆ, ਕੌਫੀ ਸੜੀ ਜੀ ਦੇ ਦਿੰਦੇ, ਸਾੜ ਕੇ ਕੌਫੀ ਦੇ ਦਿੰਦੇ, ਅਤੇ ਜਿਹੜੀ ਇੱਕ ਸਟੀਪ ਟੀ ਹੁੰਦੀ ਆ, ਉਹਦਾ ਵੀ ਟੇਸਟ ਵਧੀਆ, ਬਟ ਉਹਦੇ ਵਿੱਚ ਨਾ ਅਦਰਕ ਉਦਰਕ ਦਾ ਸਮੈਲ ਜੀ ਨਹੀਂ ਹੁੰਦੀ, ਪਤਾ ਨਹੀਂ ਇਹਦੇ ਵਿੱਚ ਪਾਇਆ ਹੁੰਦਾ ਕਿ ਨਹੀਂ ਪਾਇਆ ਹੁੰਦਾ, ਉੱਦਾਂ ਹੀ ਮਾੜੀ ਮੋਟੀ ਫੀਲਿੰਗ ਆ ਜਾਂਦੀ ਹੈ ਕਿ ਹਾਂ ਵੀ ਚਾਹ ਵਾ ਇੰਡੀਆ ਵਾਲੀ। ਹੁਣ ਆਪਾਂ ਇਹਨੂੰ ਉਹ ਹਿਸਾਬ ਨਾਲ ਲਾਉਣਾ ਵਾ ਕਿ ਜਿਹੜਾ ਥੱਲੇ ਤੱਕ ਡੁੱਬ ਜੇ ਟੀ ਬੈਗ, ਅਤੇ ਪਹਿਲਾਂ ਦੋਸਤੋ ਮੈਂ ਹੁਣ ਪੀਨਾ ਚਾਹ ਜਾਂਦਾ ਜਾਂਦਾ, ਅਤੇ ਵਲੋਗ ਜ਼ਿਆਦਾ ਲੰਬਾ ਹੋ ਜਾਣਾ, ਅਤੇ ਮੈਨੂੰ ਵੇਖ ਕੇ ਵਲੋਗ ਜਿਨ੍ਹਾਂ ਨੇ ਵੇਖ ਲਿਆ ਹੈ ਨਾ, ਅਤੇ ਜ਼ਰੂਰ ਕਮੈਂਟ ਕਰਕੇ ਦੱਸਿਓ ਵਲੋਗ ਕਿੱਦਾਂ ਦਾ ਲੱਗਾ, ਅਤੇ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਬਹੁਤ ਜਲਦੀ, ਅਤੇ ਚਲੋ ਜੀ ਬਾਏ ਬਾਏ ਟਾਟਾ।